ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਜਿਹੜਾ ਵੈਪਨਸ ਦਾ ਇਲੀਗਲ ਵੈਪਨਸ ਦਾ ਮਡੋਲ ਜਿਹੜਾ ਉਹ ਬਸਟ ਕੀਤਾ ਹੈਗਾ। ਇਹਦੇ ਵਿੱਚ ਪੰਜਾਬ ਦਾ ਇੱਕ ਬਦਨਾਮ ਮੁੰਡਾ ਹੈਗਾ ਲੰਡਾ ਹਰੀਕੇ ਦਾ, ਇਹ ਕਾਫੀ ਨਟੋਰੀਅਸ ਬੰਦਾ ਹੈਗਾ, ਕਾਫੀ ਕੰਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਆ ਵੱਡਿਆਂ 'ਚ। ਇਹਨੇ ਆਪਣੇ ਉਹਦੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਐਕਸਟੋਰਸ਼ਨ ਰੈਕਟ ਚਲਾ ਰਹੇ ਸੀਗੇ, ਇੱਕ ਜਗਦੀਪ ਸਿੰਘ ਉਰਫ ਜੱਗਾ ਫੂਕੀਵਾਲ ਔਰ ਇੱਕ ਪਵਨ ਕੁਮਾਰ ਉਰਫ ਪੰਮਾ ਪਾਊਡਰ ਕਹਿੰਦੇ ਉਹਨੂੰ। ਉਹ ਲੰਡੇ ਦੇ ਬਿਹਾਫ 'ਤੇ ਜਿਹੜੀਆਂ ਐਕਸਟੋਰਸ਼ਨ ਕਾਲਜ ਜਿਹੜੀਆਂ ਉਹ ਕਰਦੇ ਸੀਗੇ ਔਰ ਲੋਕਾਂ ਨੂੰ ਡਰਾ ਕੇ ਪੈਸੇ ਦੀ ਮੰਗ ਕਰਦੇ ਸੀ। ਇਹਨੂੰ ਰੈਕਟ ਨੂੰ ਸਾਡੇ CIA ਨੇ ਜਲੰਧਰ ਦਿਹਾਤੀ ਦੇ ਨੇ ਇੰਸਪੈਕਟਰ ਪੁਸ਼ਪ ਬਾਲੀ ਦੀ ਰਹਿਨੁਮਾਈ 'ਚ ਬਸਟ ਕੀਤਾ। ਇਸ ਸਾਰੇ ਆਪਰੇਸ਼ਨ ਨੂੰ ਮੈਡਮ ਜਸਰੂਪ SPD ਔਰ ਸਰਵਨਜੀਤ ਜੀ DSPD ਇਹਨਾਂ ਨੇ ਸੁਪਰਵਾਈਜ਼ ਕੀਤਾ। ਅਸੀਂ 2 ਅਕਤੂਬਰ ਤੋਂ ਹੀ ਇਸ ਮਡੂਲ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸੀਗੇ। ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜਿਉਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ। ਇਹਦੀ ਅਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੀਗਲ ਪਿਸਟਲ ਉਹ ਬਰਾਮਦ ਕੀਤੇ। ਇੱਕ ਵੈਪਨ ਇਹਦੇ ਕੋਲ ਸ਼ਰੇਆਮ ਮਿਲ ਗਿਆ ਸੀ, ਬਾਕੀ ਇਹਦੇ ਕੋਲ ਇੱਕ ਪਾਊਚ ਬਰਾਮਦ ਹੋਇਆ, ਉਹਦੇ ਵਿੱਚੋਂ ਵੈਪਨ ਬਰਾਮਦ ਹੋਏ। ਜਿਹੜਾ ਇਹ ਜਿਉਣਾ ਹੈਗਾ ਜਿਹਨੂੰ ਅਰੈਸਟ ਕੀਤਾ ਹੈਗਾ ਅਸੀਂ ਇੱਕ ਅਕਿਊਜ਼ ਨੂੰ, ਇਹਦੀ ਲੰਬੀ ਚੌੜੀ ਸੁਨੀਲ ਕੁਮਾਰ ਏਲੀਅਸ ਜਿਉਣਾ ਇਹਦੀ ਬੈਕਗਰਾਊਂਡ ਹੈਗੀ ਆ। ਪਹਿਲਾਂ ਵੀ ਇਹ ਵੈਪਨ ਸਪਲਾਇਰ ਰਿਹਾ ਹੈਗਾ। ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਉਹਨਾਂ ਬੰਦਿਆਂ ਨੇ ਇਹਨੂੰ ਅੱਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ MP ਤੋਂ ਮੱਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਉਹ ਪੰਜਾਬ 'ਚ ਸਪਲਾਈ ਕਰਵਾ ਰਹੇ ਸੀਗੇ ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟੋਰਸ਼ਨ ਰੈਕਟ ਦੇ ਕਿਸੇ ਦੇ ਗੋਲੀਆਂ ਗੇਟ 'ਤੇ ਮਰਾਤੀਆਂ, ਕਿਸੇ ਦੇ ਘਰਾਂ 'ਤੇ ਕਰਾਤੀ ਫਾਇਰਿੰਗ, ਕਿਸੇ ਦੇ ਦੁਕਾਨਾਂ 'ਤੇ ਕਰਾਤੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਔਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟੋਰਸ਼ਨ ਜਿਹੜੀ ਹੈਗੀ ਉਹਦੀ ਡਿਮਾਂਡ ਕਰੀਏ। ਇਹ ਬੜਾ ਅੱਛਾ ਕੈਚ ਹੈਗਾ, ਇਹਨਾਂ ਨੇ ਸਾਡੇ ਡਿਟੈਕਟਿਵ ਵਿੰਗ ਨੇ ਬੜੀ ਮਿਹਨਤ ਦੇ ਨਾਲ ਇਹਨੂੰ ਫੜਿਆ। ਇਹ ਸਾਰੀ ਜਿਹੜੀ ਆ ਸਪਲਾਈ ਚੇਨ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਇਲੀਗਲ ਵੈਪਨਸ ਦੀ ਆ ਉਹਨੂੰ ਬ੍ਰੇਕ ਕੀਤਾ। ਸਾਰੀ ਟੀਮ ਜਿਹੜੀ ਆ ਉਹ ਵਧਾਈ ਦੀ ਪਾਤਰ ਹੈਗੀ ਆ। ਇਹਨਾਂ ਦੇ ਮਾਨਯੋਗ DGP ਪੰਜਾਬ ਜੀ ਨੂੰ ਵੀ ਰੈਕਮੈਂਡ ਕੀਤੇ ਜਾਣਗੇ ਇਨਾਮ, ਉਹਨਾਂ ਨੂੰ ਰਿਵਾਰਡ ਕੀਤਾ ਜਾਵੇ ਟੀਮ ਨੂੰ। ਮੈਂ ਇੱਥੇ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ ਵੀ ਜਿਹੜੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਬੰਦੇ ਵਾਰ ਵਾਰ ਜਿਹੜੀਆਂ ਕੌਨਸਪਰੇਸੀਸ ਸਾਜ਼ਿਸ਼ਾਂ ਕਰਦੇ ਹੈਗੇ ਉਹਨਾਂ ਨੂੰ ਇਹ ਬੰਦ ਕਰ ਦੇਣੀਆਂ ਚਾਹੀਦੀਆਂ। ਅਸੀਂ ਪੰਜਾਬ ਪੁਲਿਸ ਬੜੇ ਕਰੜੇ ਹੱਥਾਂ ਦੇ ਨਾਲ ਇੱਦਾਂ ਦੇ ਅਨਸਰਾਂ ਨੂੰ ਲੈਂਦੀ ਹੈਗੀ ਆ। ਅਸੀਂ ਸੋਸ਼ਲ ਮੀਡੀਆ 'ਤੇ, ਅਸੀਂ ਆਪਣੀ ਸਾਈਬਰ ਸਪੇਸ 'ਤੇ ਪੂਰੀ ਤੀਸਰੀ ਅੱਖ ਨਜ਼ਰ ਅਸੀਂ ਰੱਖੀ ਹੋਈ ਹੈ। ਜਿੱਥੇ ਕਿਤੇ ਵੀ ਕੋਈ ਇੱਦਾਂ ਦੀ ਐਕਟੀਵਿਟੀਜ਼ ਹੁੰਦੀ ਆ ਇਮੀਡੀਏਟਲੀ ਅਸੀਂ ਐਕਸ਼ਨ ਲੈਂਦੇ ਹੈਗੇ ਹਾਂ। ਰੀਸੈਂਟਲੀ ਪੰਜਾਬ ਸਰਕਾਰ ਨੇ ਸਾਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਪੁਲਿਸ ਸਟੇਸ਼ਨ ਵੀ ਇਸੇ ਕੰਮ ਲਈ ਜਿਹੜਾ ਹੈਗਾ ਉਹ ਦਿੱਤਾ ਹੈਗਾ, ਨੋਟੀਫਾਈਡ ਕੀਤਾ ਹੈਗਾ, ਥਾਣਾ ਬਣਾਇਆ ਹੈਗਾ। ਸਾਡੇ ਜਲੰਧਰ ਦੇ ਵਿੱਚ ਵੀ ਅਸੀਂ ਸਾਈਬਰ ਪੁਲਿਸ ਸਟੇਸ਼ਨ ਬਣਾਇਆ, ਜਿਹਦੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਇੱਥੇ ਬੈਠੇ ਨੇ ਪਿੱਛੇ, ਉਹ ਇਹ ਹੈੱਡ ਕਰ ਰਹੇ ਨੇ ਇਸ ਨੂੰ। ਇਹ ਲਗਾਤਾਰ ਦਿਨ ਰਾਤ ਜਿੰਨੀਆਂ ਵੀ ਐਕਟੀਵਿਟੀਜ਼ ਸਾਡੀਆਂ ਹੁੰਦੀਆਂ ਸਾਈਬਰ ਸਪੇਸ 'ਤੇ ਜਾਂ ਸੋਸ਼ਲ ਮੀਡੀਆ ਇੰਟਰਨੈਟ 'ਤੇ, ਇਹ ਅਸੀਂ ਉਹਨਾਂ ਨੂੰ ਵਾਚ ਕਰਦੇ ਹਾਂ। ਔਰ ਮੈਂ ਦੁਬਾਰਾ ਪਬਲਿਕ ਨੂੰ ਅਗਾਹ ਕਰਦਾ ਹਾਂ ਕਿ ਕਿਸੇ ਦੇ ਬਹਿਕਾਵੇ 'ਚ ਆ ਕੇ ਕੋਈ ਵੀ ਇੱਦਾਂ ਦਾ ਕੰਟੈਂਟ ਜਿਹੜਾ ਹੈਗਾ ਗੈਰ ਕਾਨੂੰਨੀ ਆ ਉਹਨੂੰ ਤੁਸੀਂ ਨਾ ਅਪਲੋਡ ਕਰੋ। ਇਹ ਤੁਹਾਡੇ ਲਈ ਇਮੀਡੀਏਟਲੀ ਕੋਈ ਗੈਰ ਕਾਨੂੰਨੀ ਐਕਟੀਵਿਟੀ ਕਰਨ ਲਈ ਤੁਹਾਡੇ ਖਿਲਾਫ਼ ਕੇਸ ਰਜਿਸਟਰ ਹੋ ਸਕਦਾ, ਜਿਹਦੇ ਕਿ ਬਾਅਦ 'ਚੋਂ ਬੜੀਆਂ ਕੰਪਲੀਕੇਸ਼ਨ ਜਿਹੜੀਆਂ ਉਹ ਭੁਗਤਣੀਆਂ ਪੈਂਦੀਆਂ। ਦੈਟ ਇਜ਼ ਆਲ ਫਰੋਮ ਮਾਈ ਸਾਈਡ ਐਂਡ ਯੂ ਕੈਨ ਆਸਕ। ਜਿਹੜਾ ਇਹ ਸੁਨੀਲ ਕੁਮਾਰ ਹੈਗਾ ਜੀ, ਇਹ ਬੇਸਿਕਲੀ ਸਪਲਾਇਰ ਆ। ਇਹਦੇ ਉੱਪਰ ਵੈਪਨ ਸਮਗਲਿੰਗ ਦੇ ਪਰਚੇ ਹੈਗੇ ਔਰ ਇਹਦੇ ਉੱਪਰ ਨਾਰਕੋਟਿਕ ਸਮਗਲਿੰਗ ਦੇ ਪਰਚੇ ਹੈਗੇ। ਇਹ ਸਾਰੇ ਕੰਟਰੀ ਮੇਡ ਨੇ ਜੀ, ਇਹ ਮੱਧ ਪ੍ਰਦੇਸ਼ ਤੋਂ ਸਮਗਲ ਹੋ ਕੇ ਇੱਥੇ ਲਿਆਂਦੇ ਗਏ ਆ। ਜਿੱਥੋਂ ਇਹ ਸਮਗਲ ਹੋਏ ਆ ਅਸੀਂ ਉਹਦਾ ਵੀ ਬੈਕਗਰਾਊਂਡ ਚੈੱਕ ਕਰ ਰਹੇ ਹਾਂ ਔਰ
ਆਪਣੇ ਡੀਜੀਪੀ ਰਾਹੀਂ ਉਹ ਸਟੇਟ ਦੇ ਡੀਜੀਪੀ ਨੂੰ ਲਿਖ ਕੇ ਵੀ ਭੇਜਾਂਗੇ ਕਿ ਕਿਹੜੀ ਜਗ੍ਹਾ ਤੋਂ ਇਹ ਚੀਜ਼ਾਂ ਬਣਦੀਆਂ ਹੈਗੀਆਂ ਤਾਂ ਕਿ ਇਸ ਪੂਰੇ ਨੈਟਵਰਕ ਦਾ ਜਿਹੜਾ ਪਰਦਾ ਉਹ ਫਾਸ਼ ਹੋਵੇ। ਇਹ ਕਿਸੇ ਗੈਂਗਸਟਰ ਟੀਮ ਦੇ ਨਾਲ ਵੀ ਇਹਨਾਂ ਦੇ ਰਿਲੇਸ਼ਨ ਹੈਗੇ ਕਿਹੜੇ? ਹਾਂਜੀ, ਮੈਂ ਤੁਹਾਨੂੰ ਨਾਮ ਲਏ ਆ ਜੀ ਜਿਹੜੇ ਉਹ ਬੜੇ ਉਹ ਸਾਰੇ ਬਦਨਾਮ ਬੰਦੇ ਨੇ ਜਿਹੜੇ ਕਿ ਇੱਦਾਂ ਦੇ ਬੰਦਿਆਂ ਨੂੰ ਮੂਹਰੇ ਲਾ ਕੇ ਸਮਗਲਿੰਗ ਕਰਾ ਕੇ ਅੱਗੇ ਇਹਨੇ, ਹੁਣ ਅਸੀਂ ਇਹਦੀ ਇੰਟੈਰੋਗੇਸ਼ਨ 'ਚ ਚੈੱਕ ਕਰਾਂਗੇ ਵੀ ਅੱਗੇ ਇਹਨੇ ਕਿਹਨੂੰ ਕਿਹਨੂੰ ਇਹ ਵੈਪਨ ਦੇਣੇ ਸੀ। ਉਹ ਜਿਹੜੇ ਬੰਦੇ ਹੈਗੇ ਆ ਉਹ ਇਹਨਾਂ ਗੈਂਗਸਟਰਾਂ ਦੇ ਸੰਪਰਕ 'ਚ ਆ ਕੇ ਯੰਗ ਮੁੰਡੇ ਨੇ ਆਪਣੇ ਆਪਣੇ ਜਿਹੜੇ ਪੰਜਾਬ ਦੇ ਬੱਚੇ ਉਹਨੂੰ ਖਰਾਬ ਕਰਨ ਲਈ ਇਹ ਬੰਦੇ ਯੂਜ਼ ਕਰਦੇ ਆ, ਥੋੜ੍ਹੇ ਪੈਸੇ ਲਈ ਜਾਂ ਕਿਸੇ ਹੋਰ ਲਾਲਚ ਲਈ ਉਹ ਇਹਨਾਂ ਨੂੰ ਵੈਪਨ ਦੇ ਕੇ ਅਤੇ ਆਪਣਾ ਕੰਮ ਕਰਵਾ ਲੈਂਦੇ ਆ। ਔਰ ਜਿਹੜੇ ਸਾਡਾ ਪੰਜਾਬ ਦਾ ਯੂਥ ਹੈਗਾ ਉਹ ਇਹਦੇ ਵਿੱਚ ਫਸ ਕੇ ਸਟ੍ਰੈਪ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ। ਸਰ ਲਗਭਗ ਕਿੰਨੇ ਸਮੇਂ ਤੋਂ ਹੋ ਰਿਹਾ ਸੀ ਇਹ ਚੀਜ਼ ਤੇ ਕਿਸ ਤਰ੍ਹਾਂ ਆਪ ਕਿਸ ਤਰ੍ਹਾਂ ਰਹੇ ਸੀ ਕਿ ਕੋਈ ਨਾਲ ਸੀਗਾ ਕੋਈ ਪਾਰਟੀਕੂਲਰ ਚੀਜ਼ ਪ੍ਰੋਪਰ ਲੈ ਕੇ ਨਹੀਂ ਜਾਂਦੇ ਸੀ? ਇਕੱਲਾ ਆਪ ਹੀ ਲੈ ਕੇ ਉੱਥੋਂ ਆਉਂਦਾ ਕਿ ਗੱਡੀ ਵਗੈਰਾ ਜਾਂ ਬੱਸ ਵਗੈਰਾ ਕਿਸ ਤਰ੍ਹਾਂ ਲੈ ਕੇ ਸੀ ਟ੍ਰਾਂਸਪੋਰਟੇਸ਼ਨ? ਇਹ ਖੁਦ ਲੈ ਕੇ ਆਉਂਦਾ ਸੀਗਾ ਜੀ, ਆਪ ਲੈ ਕੇ ਆਉਂਦਾ ਸੀਗਾ। ਇਹਦੇ ਕੋਲ ਕਦੀ ਇਹ ਟ੍ਰੇਨ ਯੂਜ਼ ਕਰਦਾ ਸੀ, ਕਦੀ ਇਹ ਬੱਸ ਦੀ ਟ੍ਰਾਂਸਪੋਰਟ ਯੂਜ਼ ਕਰਦਾ ਸੀ, ਕਦੀ ਇਹ ਖੁਦ ਦਾ ਟ੍ਰਾਂਸਪੋਰਟ ਯੂਜ਼ ਕਰਦਾ ਸੀ। ਅਤੇ ਜਦੋਂ ਵੀ ਇੱਦਾਂ ਦਾ ਬੰਦਾ ਕੰਮ ਕਰਦਾ, ਔਲਰੇਡੀ ਮੈਂ ਦੱਸ ਚੁੱਕਾ ਵੀ ਇਹ ਸਪਲਾਇਰ ਹੈਗਾ, ਉਹ ਫਿਰ ਡਿਫਰੈਂਟ ਜਿਹੜੇ ਟ੍ਰਾਂਸਪੋਰਟ ਦੇ ਮੋਡ ਹੈਗੇ ਉਹਨਾਂ ਨੂੰ ਯੂਜ਼ ਕਰਦਾ ਤਾਂ ਕਿ ਮੈਂ ਕਿਸੇ ਵੀ ਤਰੀਕੇ ਨਾਲ ਬਚ ਕੇ ਆਪਣਾ ਸਮਾਨ ਲੈ ਕੇ। ਕਿੰਨੇ ਟਾਈਮ ਤੋਂ ਚੱਲਦਾ ਵੈਸੇ ਇਹ ਰੈਕਟ ਲਗਭਗ? ਇਹ ਕਦੋਂ ਲਾਸਟ ਬਾਹਰ ਆਇਆ? ਹਾਂਜੀ, ਫਰਵਰੀ 'ਚ ਲਾਸਟ ਜੇਲ੍ਹ ਤੋਂ ਬਾਹਰ ਆ ਕੇ ਐਕਟਿਵ ਹੋਇਆ ਸੀ। ਸਾਡੇ ਕੋਲ 5 ਬਰਾਮਦ ਹੋ ਗਏ ਆ ਜੀ, ਬਾਕੀ ਅਸੀਂ ਇਹਦੀ ਪੂਰੀ ਡਿਟੇਲ ਇਨਵੈਸਟੀਗੇਸ਼ਨ 'ਚ ਲਵਾਂਗੇ, ਹੋਰ ਬਰਾਮਦ ਹੋਈ ਤੁਹਾਨੂੰ ਜ਼ਰੂਰ ਦੱਸਾਂਗੇ। ਔਰ ਕਿੰਨੇ ਇਹਨੇ ਹੁਣ ਤੱਕ ਲਿਆ ਜੋ ਵੀ ਨਾਰਕੋਟਿਕਸ ਦੇ ਅਤੇ ਪਰਚੇ ਅਸੀਂ ਚੈੱਕ ਕਰ ਲੈਂਦੇ ਹਾਂ ਵੀ ਲਾਸਟ ਪਰਚਾ ਕਿਹੜੇ ਤੋਂ ਇਹਦੀ ਜ਼ਮਾਨਤ ਹੋਈ ਹੈ। 3-4 ਬੰਦੇ ਹੈਗੇ ਆ ਦਰਜਾ, ਬਟ ਕਿਉਂਕਿ ਉਹਦੇ ਨਾਲ ਇਨਵੈਸਟੀਗੇਸ਼ਨ ਸਾਡੀ ਡਿਸਟਰਬ ਹੁੰਦੀ ਹੈ, ਇਸ ਕਰਕੇ ਮੈਂ ਉਹਦੇ ਨਾਮ ਨਹੀਂ ਲਿਆ। ਲੋਕਲ ਆਪਣੇ ਕੋਲ ਕਿਸੇ ਆ ਕਿਸੇ ਹੋਰ ਗੈਂਗ ਨਾਲ ਲਿੰਕ ਹੈ ਜਿਹਨੂੰ ਪਹਿਲਾਂ ਹੋਰ ਕਿਸੇ ਨੂੰ ਸਪਲਾਈ ਕਰ ਕਰਦਾ ਹੈ ਜਾਂ ਕੋਈ ਹੋਰ ਜਿਹੜਾ ਜਿਹੜੇ ਅਰੈਸਟ ਹੋਇਆ ਔਨਲਾਈਨ ਸ਼ੇਅਰ ਕਰ ਦਿੰਦੇ ਹਾਂ ਕਿੱਥੇ ਕਿੱਥੇ ਸਪਲਾਈ ਕੀਤੇ ਸੀ, ਉਹ ਸਾਰੇ ਰਿਕਵਰ ਹੋ ਚੁੱਕੇ ਆ। ਇੰਨੇ ਨੈਚੁਰਲੀ ਜੀ ਵਾਰਦਾਤਾਂ ਹੀ ਕਰਾਉਣੀਆਂ ਸੀ, ਜਿਹੜੇ ਪਿੱਛੇ ਹਾਰਡ ਕੋਰ ਕ੍ਰਿਮੀਨਲਸ ਨੇ ਉਹਨਾਂ ਨੇ ਇਹਨੂੰ ਯੂਜ਼ ਕਰਨਾ ਸੀਗਾ, ਇਹ ਸਪਲਾਇਰ ਸੀਗਾ। ਹੁਣ ਅੱਗੇ ਕਿਹੜੇ ਸੀਗੇ ਉਹਨੂੰ ਫਲਾਣੇ ਥਾਂ ਫਾਇਰ ਕਰਿਆ ਅਤੇ ਉਹਦੀ ਜਿਹੜੀ ਅਤੇ ਜਿਹੜਾ ਮੇਨ ਹੈਗਾ ਉਹ ਆਪ ਲੈ ਲੈਣਾ ਅਤੇ